ਲੈ ਬਈ ਅੱਜ ਇਹਨੂੰ ਕਰਦੇ ਹਾਂ ਜੋਤ ਨੂੰ ਡਿੱਕੇ ਤੇ ਲੈ ਜਾਂਦੇ ਹਾਂ ਬਠਿੰਡੇ ਪਾਰਟੀ ਪੂਰਟੀ ਕਰਾਂਗੇ ਅੱਜ ਗੱਡੀ ਇਹਦੇ ਵਾਲੀ ਲੈ ਜਾਵਾਂਗੇ ਲਈ ਦਾ ਖੜਾ ਕੇਤੂ ਕਿਲੋ ਕਿਲੋ ਦੇ ਅਮਰੂਦ ਕਿਵੇਂ ਕੰਮ ਆ ਬਣਿਆ ਬੈਠਾ ਜੀ ਯਾਰ ਕਮਾਲ ਕੀਤੀ ਚੱਲ ਦੇਖਦੇ ਹਾਂ ਜਾ ਕੇ ਉਹ ਕਿਵੇਂ ਆ ਕਿਸਾਨਾਂ ਉਹ ਕਿਸਾਨਾਂ ਝਾਕਦਾ ਹੀ ਨਹੀਂ ਉਹ ਕਿਸਾਨਾਂ ਹੋਰ ਬਰਾੜ ਸਾਹਿਬ ਠੀਕ ਆ ਠੀਕ ਆ ਪਤੰਦਰਾ ਨੀਵੀਂ ਸਿੱਟੀ ਆ ਜਮਾਂ ਦੇਖਦੇ ਹੀ ਨਹੀਂ ਉਹ ਬਸ ਆ ਬੂਟੇ ਜੇ ਕੁੱਟਦੇ ਸੀਗੇ ਹੋਰ ਕਿਵੇਂ ਆਉਣਾ ਹੋਇਆ ਮੈਂ ਤਾਂ ਆਉਣਾ ਆ ਤੇ ਮੈਂ ਤਾਂ ਖੇ ਬਠਿੰਡੇ ਚੱਲਦੇ ਆਂਗੇ ਬਠਿੰਡੇ ਕੀ ਆ ਇੱਥੇ ਆਉਂਦਾ ਕੰਮ ਕਰਦੇ ਆ ਇੱਥੇ ਕੋਈ ਸਬਜ਼ੀ ਸੁਬਜ਼ੀ ਲਾਵਾਂਗੇ ਸਬਜ਼ੀ ਉਹ ਪਤੰਦਰਾ ਚਾਲੀਆਂ ਦੀ ਸ਼ਹਿਰੋਂ ਲੈ ਆ ਜਦੋਂ ਮਰਜ਼ੀ ਸ਼ਹਿਰੋਂ ਨਹੀਂ ਨਾ ਬਹਿ ਜਾ ਤੈਨੂੰ ਦੱਸਦੇ ਆ ਸ਼ਹਿਰ ਵਾਲੀਆਂ ਵੀ ਗੱਲਾਂ ਇੱਥੇ ਬੈਠਣ ਮੈਂ ਹੋਰ ਭਰਾਵਾ ਸਾਡੇ ਕੋਲੇ ਤਾਂ ਆਹੀ ਆ ਬੈਠਣ ਬਹਿ ਜਾ ਬਹਿ ਜਾ ਕੁਰਸੀ ਕਰਸੀ ਨਹੀਂ ਕੁਰਸੀ ਹੈ ਨਹੀਂ ਇੱਥੇ ਕੁਰਸੀ ਉੱਧਰ ਪਈ ਆ ਕੋਠੇ 'ਚ ਨਹੀਂ ਉਹ ਤਾਂ ਠੀਕ ਆ ਚੱਲ ਤੇਰੀ ਗੱਲ ਮੈਂ ਮੰਨ ਗਿਆ ਤੇ ਆਹ ਕਿਵੇਂ ਉਲਟੀ ਗੰਗਾ ਬਈ ਪਈ ਹੈ ਉਲਟੀ ਬਈ ਵਹਿਣੀ ਆ ਗੰਗਾ ਆਪਦਾ ਮਿਹਨਤ ਕਰਦੇ ਆ ਕੰਮ ਲੱਗੇ ਆ ਆਪਦਾ ਵਧੀਆ ਕਰਨੀ ਆ ਹੁਣ ਮਿਹਨਤਾਂ ਯਾਦ ਆਈਆਂ ਤੇ ਨਹੀਂ ਇਹ ਮਿਹਨਤ ਇਹਦਾ ਕਾਹਦੀ ਮਿਹਨਤ ਦਿਹਾੜੀਆ ਲਾ ਲਾਗਾ ਤੂੰ ਯਾਰ ਕੀ ਆ ਘੰਟੇ ਦਾ ਕੰਮ ਇਹ ਦਿਹਾੜੀਆ ਲਾ ਕੇ ਫਿਰ ਹਰੇਕ ਕੰਮ 'ਚ ਦਿਹਾੜੀਆ ਪਾ ਕੇ ਕਿੱਥੇ ਜਾਵਾਂਗੇ ਆਪ ਫਿਰ ਜਮਾਂ ਹੀ ਅਟੈਕ ਹੋਈ ਜਾਂਦੇ ਆ ਮੁੜ ਕੇ ਮੁੜਕਾ ਤਾਂ ਨਿਕਲਦਾ ਨਹੀਂ ਸਰੀਰ ਦਾ ਨਹੀਂ ਤੂੰ ਜਾਣੀ ਕਿ ਸਰੀਰ ਸਹੀ ਕਰਦਾ ਸਰੀਰ ਸਹੀ ਕਰਨਾ ਬਈ ਨਾਲੇ ਪੈਸੇ ਦੀ ਬੱਚਤ ਹੁੰਦੀ ਆ ਨਾਲੇ ਆਪਦਾ ਟਾਈਮ ਪਾਸ ਹੋ ਜਾਂਦਾ ਵਧੀਆ ਆਪਾਂ ਨੂੰ ਕਿਹੜਾ ਕੋਈ ਹੋਰ ਕੰਮ ਆ ਖੇਤੀ ਕਰਨੀ ਆਪਾਂ ਕੀ ਹੋ ਕੇ ਕੁੱਤਾ ਵੱਢ ਗਿਆ ਯਾਰ ਇਹ ਗੱਲਾਂ ਹੀ ਨਹੀਂ ਕਰਦੇ ਤਾਂ ਚੱਕ ਲਓ ਧਰ ਲਓ ਵਾਲਾ ਕੀ ਸੋਚੀ ਪਈ ਆ ਜਾਂਦਾ ਕੁਛ ਨਹੀਂ ਮੈਂ ਤਾਂ ਕਹਿੰਦੇ ਬਠਿੰਡੇ ਵਾਲਾ ਚੱਲ ਗਏ ਯਾਰ ਅੱਜ ਬਠਿੰਡੇ ਕੀ ਆ ਘੁੰਮ ਫਿਰ ਆਵਾਂਗੇ ਅੱਗੇ ਕੀ ਹੁੰਦਾ ਜੀ ਬਠਿੰਡੇ ਨਹੀਂ ਘੁੰਮਣਾ ਫਿਰਨਾ ਹੁਣ ਜ਼ਿੰਮੇਵਾਰੀਆਂ ਪੈ ਗਈਆਂ ਕਬੀਲਦਾਰੀ ਪੈ ਗਈ ਬਰਾੜਾ ਹੁਣ ਪਹਿਲਾਂ ਜਵਾਕਾਂ ਦੇ ਗੇੜੇ ਤੇ ਗੇੜਾ ਚੰਡੀਗੜ੍ਹ ਦੇ ਕਰਾਲੀ ਮੋਹਾਲੀ ਹੁਣ ਪਤੰਦਰਾ ਵੱਡੀ ਦੂਰ ਟਾਈਮ ਸੀਗਾ ਉਹਦਾ ਉਦੋਂ ਟਾਈਮ ਹੁੰਦਾ ਸੀ ਤੇਰਾ ਹੁਣ ਟਾਈਮ ਆ ਤੂੰ ਹੁਣ ਕਿਤੇ ਲਾਉਣਾ ਪੈਰ ਕਿਤੇ ਗੱਡੀ ਤੋਂ ਥੱਲੇ ਨਜ਼ਾਰੇ ਲਈ ਦੇ ਜੱਟਾ ਨਜ਼ਾਰੇ ਲੈਣਾ ਕੋਈ ਨਾ ਖੜ ਜਾ ਥੋੜਾ ਚਿਰ ਹੀ ਆ ਨਜ਼ਾਰੇ ਕਿੰਨਾ ਕੁ ਚਿਰ ਲਏਗਾ ਆਖਰ ਤਾਂ ਬੋਤੀ ਬੋੜ ਥੱਲੇ ਆਉਣੀ ਆ ਮੈਨੂੰ ਤਾਂ ਅਮਰੂਦ ਥੱਲੇ ਹੀ ਪਈ ਤੇਰੇ ਵਾਲੀ ਤਾਂ ਨਹੀਂ ਇਹ ਕੀ ਹੋਣਾ ਅਮਰੂਦ ਮਰਾਜ ਜੇ ਕਾਹ ਤੋਂ ਲੈ ਬਿਠਾ ਇਹਨਾਂ ਦਾ ਕੀ ਫਾਇਦਾ ਤੈਨੂੰ ਫਲਾਂ ਵਾਲੇ ਬੂਟੇ ਲਾਏ ਆਪਾਂ ਆਪਦੇ ਪਰਿਵਾਰ ਵਾਸਤੇ ਨਾਲੇ ਸਬਜ਼ੀ ਲਾ ਲਈ ਦੀ ਇਹਦੇ 'ਚ ਉਹ ਲੱਗਦੇ ਨਾਲੇ ਆਪਦੇ ਸਾਰਾ ਕੁਛ ਹੀ ਲੱਗਦਾ ਆਹ ਅਮਰੂਦ ਇੱਥੋਂ ਹਾਂ ਇੱਥੋਂ ਲੱਗਦਾ ਐਡਾ 700 ਗ੍ਰਾਮ ਦਾ ਅਮਰੂਦ ਹੈ ਆਹਾ ਨਹੀਂ ਹੁਣ ਤੂੰ ਕਮਾਈ ਕਰੇਂਗੇ ਕਮਾਈ ਬਾਈ ਆਪਾਂ ਨੂੰ ਤਾਂ 4 ਸਾਲ ਹੋ ਗਏ ਖੇਤੀ ਕਰਦਿਆਂ ਨੂੰ ਬਾਗ ਬਾਗ ਵੀ ਲਾਇਆ ਆਪਦੇ ਵਾਹੀ ਕਰਦੇ ਆ ਵਧੀਆ ਨਜ਼ਾਰੇ ਲੈਨੇ ਆ ਨਾ ਕਿਸੇ ਤੋਂ ਮੰਗਣ ਦੀ ਲੋੜ ਆਪਦਾ ਕਰਦੇ ਆ ਐਵੇਂ ਤੂੰ ਕੁਛ ਨਹੀਂ ਜੋ ਤੈਵੇਂ ਬਿਨਾਂ ਗੱਲੋਂ ਫਸਿਆ ਆਪਾਂ ਚੱਲਦੇ ਆ ਉੱਥੇ ਗੋਲੇ ਗੂੜੇ ਲਾਵਾਂਗੇ ਜੀ ਰੋਡ ਤੇ ਨਹੀਂ ਨਹੀਂ ਭਰਾਵਾ ਆਪਣੇ ਤੋਂ ਨਹੀਂ ਜਾਇਆ ਜਾਣਾ ਤੂੰ ਦੇਖ ਲੈ ਜਾਣਾ ਤਾਂ ਆਪਾਂ ਦਾ ਹਲੇ ਆ ਪਿਆ ਗੁੱਡਣ ਵਾਲਾ ਸਾਰਾ ਕਿਆਰੀ ਵੀ ਪਈ ਆ ਗੁੱਡਣ ਵਾਲੀ ਉਹਦੇ ਬਾਅਦ ਪੱਠੇ ਪੁੱਠੇ ਵੱਢ ਦਵਾਨਾ ਦੂਨਾ ਚ ਤਾਂ ਨਹੀਂ ਗਿਆ ਪਿਛਲੇ ਦਿਨੀ ਤੂੰ ਨਹੀਂ ਨਹੀਂ ਦਵਾਨਾ ਚ ਤਾਂ ਨਹੀਂ ਗਿਆ ਬਰਾੜਾ ਪਰ ਆਇਆ ਕਬੀਲਦਾਰੀ ਬਈ ਜਦੋਂ ਬੰਦੇ ਤੇ ਪੈਂਦੀ ਆ ਨਾ ਉਦੋਂ ਫਿਰ ਉਹੀ ਜਾਣਦਾ ਨਹੀਂ ਹੁਣ ਫਿਰ ਇਹ ਕੋਈ ਪ੍ਰਭਾਵ ਸੰਗਤ ਦਾ ਪੈ ਗਿਆ ਕਿ ਵੈਸੇ ਮਨੋਂ ਬਸ ਜਿਵੇਂ ਬੰਦਾ ਬਈ ਵਿਆਹ ਤੋਂ ਬਾਅਦ ਸਿਆਣਾ ਹੋ ਜਾਂਦਾ ਜਵਾਕ ਜੱਲਿਆਂ ਵਾਲਾ ਹੋ ਜਾਂਦਾ ਕਬੀਲਦਾਰ ਹੋ ਜਾਂਦੇ ਆ ਜ਼ਿੰਮੇਵਾਰੀਆਂ ਵੱਧ ਜਾਂਦੀਆਂ ਜ਼ਿੰਮੇਵਾਰੀ ਤੁਸੀਂ ਆ ਜਾ ਚੱਲਦੇ ਆਪਾਂ ਚੱਲਦੇ ਆ ਤੈਨੂੰ ਉਧਰੋਂ ਦਿਖਾਉਣਾ ਆਪਾਂ ਬਠਿੰਡੇ ਜਾਣਾ ਆਪਾਂ ਨਹੀਂ 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 ਆਪਾਂ ਉਹ ਜਾਣਾ ਜੁਣਾ ਕਿਤੇ ਨਹੀਂ ਆ ਜਾ ਆਪਾਂ ਚਾਹ ਪਾਣੀ ਪੀਨੇ ਆ ਉੱਥੇ ਕੋਠੇ 'ਚ ਬੈਠ ਕੇ ਚੱਲਾਂਗੇ ਯਾਰ ਜੋ ਤਾਂ ਇੱਥੇ ਕੀ ਆ ਯਾਰ ਆ ਬਾਈ ਆ ਗੱਡੀ ਪਤੰਦਰਾ ਉਹੀ ਇਹ ਤੈਨੂੰ ਇਹ ਖੜੀ ਖਰਾਬ ਦੇ ਦੇ ਇਹ ਇੱਥੇ ਹੀ ਬਣਾਈ ਆਪਾਂ ਆਪਣਾ ਕਿਹੜਾ ਕੋਈ ਹੋਰ ਟਾਟੇ ਬਿਰਲੇ ਵਾਲਾ ਕੰਮ ਆ ਆਪਣੇ ਆਹ ਖੜੀ ਖਰਾਬ ਦਿੰਦੀ ਆ ਕਹਿੰਦੀ ਸਲਫ ਮਾਰ ਜੱਟਾ ਸਲਫਾ ਦੇਖ ਸ਼ਾਮ ਨੂੰ ਆ ਵੀਲ ਆ ਪਤਾ ਕੀ ਕਹਿੰਦੇ ਆ ਓਏ ਸ਼ਾਮ ਨੂੰ ਆਪਾਂ ਘਰੇ ਲੈ ਕੇ ਜਾਵਾਂਗੇ ਸਲਫ ਮਾਰ ਕੇ ਆ ਜਾ ਤੈਨੂੰ ਚਾਹ ਚੂ ਪਿਆਣਾ ਉੱਤੇ ਓਏ ਇਹ ਕਹਿੰਦੀ ਗੇੜੀ ਤੇ ਗੇੜੀ ਲਾ ਨਹੀਂ 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 ਉਹ ਟੈਂਕੀ 'ਚ ਤੇਲ ਪਤੰਦਰਾ ਜੰਗਾਲ ਲੱਗ ਜੂ ਖੜੀ ਜੰਗਾਲ ਲੱਗ ਜੇ ਆਪਣੀ ਅੱਧੀ ਟੈਂਕੀ ਆ ਕੁਛ ਨਹੀਂ ਲੱਗਦੀ ਉਹ ਹਿੱਲ ਹੁੱਲ ਕੇ ਆਪੇ ਜੰਗਾਲ ਪੱਟੀ ਜਾਂਦੀ ਆ ਤੈਨੂੰ ਆ ਜਾ ਚਾਹ ਪਾਣੀ ਪਿਆਉਣਾ ਦੇਖ ਤੂੰ ਵੀ ਮੈਂ ਤੈਨੂੰ ਦੱਸਾਂ ਨਾ ਵਾਹੀ ਕਰ ਲਾ ਚੁੱਪ ਕਰਕੇ ਐਵੇਂ ਤੂੰ ਭੌਂਕਦਾ ਫਿਰਦਾ ਵਿਹਲਾ ਆਹ ਦੇਖ ਇੱਥੇ ਲੈਨੇ ਆ ਨਾ ਨਜ਼ਾਰੇ ਮੈਨੂੰ ਕੰਮ ਕਰਨ ਦੇਣਾ ਬਰਾੜਾ ਕੋਈ ਨਾ ਤੂੰ ਆਪ ਕੰਮ ਤਾਂ ਕੀ ਤੂੰ ਮੰਨ ਜਾ ਮੇਰੀ ਗੱਲ ਆਪਾਂ ਚੱਲਦੇ ਆ ਆਪਾਂ ਸ਼ਾਮ ਨੂੰ ਆ ਜਾਵਾਂਗੇ ਆ ਦਿਹਾੜੀ ਆ ਲਾੜਾ 200 ਰੁਪਇਆ ਨੀ ਲੈਣਾ ਤੈਨੂੰ ਕਰ ਲੂਗਾ ਕੰਮ ਆਪੇ ਨਹੀਂ 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 ਬਰਾੜਾ ਮੇਰਾ ਵੀ ਤੇਰੇ ਵਾਲਾ ਹੀ ਕੰਮ ਸੀ ਜਦੋਂ ਨਾ ਇਹ ਦੁਨੀਆਦਾਰੀ ਇਹ ਚੀਜ਼ ਆ ਜਦੋਂ ਆਪਾਂ ਨਹੀਂ ਕੰਮ ਕਰਦੇ ਉਦੋਂ ਤਾਂ ਤੁਹਾਡੇ ਵਰਗੇ ਕਹਿੰਦੇ ਆ ਕਿ ਯਾਰ ਕੰਮ ਕਰ ਲਾ ਆਪਦਾ ਵਾਹੀ ਕਰ ਲਾ ਹੋਰ ਕੰਮ ਕਰ ਲਾ ਹੁਣ ਜੇ ਕਰਦੇ ਯਾਰ ਤੁਸੀਂ ਹੁਣ ਵੀ ਨਹੀਂ ਛੱਡਦੇ ਚਾਹੁੰਦੇ ਕੀ ਆ ਤੁਸੀਂ ਮੈਨੂੰ ਅੱਜ ਤਾਂ ਦੱਸ ਦਿਓ ਬਾਈ ਯਾਰ ਤੁਹਾਨੂੰ ਕੀ ਦੱਸੀਏ ਤਾਂ ਮਾਰਦਾ ਰਹਿੰਦੇ ਕੰਮ ਧੰਦਾ ਬਾਹਰ ਹੈ ਅਸੀਂ ਤਾਂ ਇਹ ਕਹਿੰਦੇ ਸੀਗੇ ਬਾਈ ਵੀ ਆਹੀ 11 ਬੇਲੀਆਂ ਦੀਆਂ ਮਹਿਫਲਾਂ ਹੁੰਦੀਆਂ ਆਹੀ ਉਮਰ ਹੁੰਦੀ ਆ ਹੈਂ ਹੱਸੀਆਂ ਖੇਡੀਆਂ ਵਾਲੀ ਘੁੰਮ ਫਿਰ ਲਿਆ ਕਰੋ ਆਹੀ ਤਾਂ ਉਮਰ ਆ ਯਾਰ ਉਮਰ ਤਾਂ ਹੈਗੀ ਆ ਉਹ ਉਮਰ 'ਚ ਕੰਮ 'ਚ ਵੜਿਆ ਬੇਟਾ ਉਦੋਂ ਉਦੋਂ ਜਦੋਂ ਕਿਸੇ ਤੋਂ 10,000 ਰੁਪਈਆ ਮੰਗ ਲੈਂਦੇ ਅਗਲਾ ਕਹਿੰਦਾ ਕੰਮ ਕਰ ਲਓ
ਹੁਣ ਦੂਜੇ ਪਾਸੇ ਹੋ ਗਏ, ਹੁਣ ਜੇ ਕੰਮ ਕਰਦੇ ਆ ਹੁਣ ਵੀ ਨਹੀਂ ਜਿਉਣ ਦਿੰਦੇ ਯਾਰ ਬਾਈ ਤੁਸੀਂ। ਨਹੀਂ ਹੁਣ ਤੇਰੀ ਨਾ ਕੀ ਆ? ਮੇਰੀ ਤਾਂ ਨਾ ਬਾਈ, ਆਪਣਾ ਤਾਂ ਉਹ ਕੰਮ ਪਿਆ ਹਲੇ ਗੁੱਡਣ ਵਾਲਾ ਪਿਆ, ਪੱਠਾ ਡੱਥਾ ਵੱਢਣਾ ਹਲੇ, ਤੇ ਤੂੰ ਬਹਿ ਜਾ ਜੇ ਕੋਈ ਘੰਟਾ ਟਾਈਮ ਪਾਸ ਕਰਨਾ ਤਾਂ ਆਪਦਾ। ਖਰਚੇ ਨਹੀਂ ਸੂਤ ਆਉਣਾ ਇਕੱਲੇ ਤੋਂ ਤਾਂ ਬੰਦਾ ਵੀ ਹੋਰ ਪੱਟ ਗਏ ਤਾਂ। ਉਹ ਨਹੀਂ ਮੈਂ ਤਾਂ ਫਿਰ ਚੱਲਿਆ ਜੋਤੀ ਯਾਰ, ਤੂੰ ਮੈਂ ਤਾਂ ਜਾਣਾ ਯਾਰ। ਮੈਂ ਤੂੰ ਵਾਈ ਵਾਈ ਕਾਹ ਤੋਂ ਨਹੀਂ ਕਰਦਾ ਤੂੰ? ਉਹ ਵਾਹੀਆਂ 'ਚ ਕੀ ਬਚਨਾ ਹੀ ਯਾਰ, ਮਾਰੇ ਧੰਦ ਪਿੱਟੀ ਜਾਂਦੇ ਬੁੜੇ ਬੁੜੇ ਅੱਗੇ ਤੁਰੇ ਪਏ, ਕੀ ਬਣਾ ਲਿਆ ਉਹਨਾਂ ਨੇ? ਉਹੀ ਲਿਆ ਬਾਈ ਯਾਰ, ਸਾਰਾ ਕੁਛ ਆਪਾਂ ਜਿੰਨਾ ਪਹਿਨਦੇ ਹਾਂ, ਕੋਈ ਖਾਣੇ ਪੀਨੇ ਆ, ਕੋਈ ਆ ਗੱਡੀ ਆਪਣਾ ਖੇਤ ਆ, ਇਹ ਖੇਤੀ ਆਪਣੇ ਖੇਤੀ ਚੋ ਬਚਦਾ। ਇੱਥੇ ਹੀ ਖੜੇ ਆ, ਫਿਰ ਆਪਾਂ ਕੀ ਜਹਾਜ਼ ਲੈ ਲਿਆ ਯਾਰ? ਜਹਾਜ਼ ਬਾਈ ਯਾਰ, ਹੁਣ ਜਿੰਨੀ ਕੁ ਆਪਣੇ ਕੋਲ ਖੇਤੀ ਆ, ਉਹਦੇ ਨਾਲ ਆਪਾਂ ਵਧੀਆ ਆਰਾਮ ਦੀ ਰੋਟੀ ਖਾਈ ਜਾਂਦੇ, ਢਿੱਡ ਤਾਂ ਭਰਦਾ ਹੀ ਨਹੀਂ। ਇੱਥੇ ਤਾਂ ਦੁਨੀਆ ਸ਼ਿਕੰਦਰ ਤੋਂ ਨਹੀਂ ਜਿੱਤੀ ਗਈ, ਐਸੀ ਗੱਲਾਂ ਕਰਕੇ ਤਾਂ ਤੁਸੀਂ ਫੇਲ ਆ ਬਾਈ ਯਾਰ। ਉਹ ਨਹੀਂ, ਤੂੰ ਤਾਂ ਬਾਹਲੀਆਂ ਲੰਮੀਆਂ ਲੈ ਕੇ ਬੈਠਾ। ਮੈਂ ਨਹੀਂ, ਮੈਂ ਤਾਂ ਤੂੰ ਐਂ ਕਰ, ਤੂੰ ਗੁੱਡ, ਤੂੰ ਤਾਂ ਇੱਥੇ ਧੰਦ ਦੀ ਪਿੱਟੇ ਗੁੱਡ ਹੈ ਨਹੀਂ। ਕੋਈ ਨਾ ਵਿਆਹ ਵਿਆਹਿਆ ਜਾਣ ਦੇ, ਤੈਨੂੰ ਪਤਾ ਲੱਗ ਜੂਗਾ, ਤੂੰ ਖੜ ਜਾ 2 ਮਹੀਨੇ, ਤੂੰ ਤਾਂ ਖੇਤੋਂ ਜਾਇਆ ਨਹੀਂ ਕਰਨਾ ਘਰ ਨੂੰ। ਉਹ ਨਹੀਂ ਨਹੀਂ, ਇਹ ਯਾਦ ਰੱਖੀ ਮੇਰੀ ਅੱਜ ਦੀ ਗੱਲ ਆ, ਤੂੰ ਛੱਡਿਆ ਕਰ। ਮੈਂ ਤਾਂ ਨਾ, ਮੈਂ ਤਾਂ ਜਦੋਂ ਕੋਈ ਐ ਨਹੀਂ ਹੁੰਦਾ ਕੋਈ ਚੱਕਰ, ਮੈਂ ਤਾਂ ਬਤੰਦਰਾ ਪੈਸਾ ਉਹੀ ਆਈ ਜਾਂਦਾ ਯਾਰ। ਉਦੋਂ ਤਾਂ ਬਾਈ ਜਦੋਂ ਕੁਵਾਰਾ ਹੁੰਦਾ ਨਾ ਬੰਦਾ, ਉਦੋਂ ਐਂ ਹੁੰਦਾ ਵੀ ਐਂ ਅੜਾ ਦਾਂਗੇ ਆਪਾਂ। ਜਦੋਂ ਬੰਦਾ ਆਪ ਕਮਾਉਣ ਲੱਗਦਾ ਨਾ, ਤੂੰ ਪੰਗਾ ਲਿਆ ਗਾ ਤੂੰ ਇਹ ਵਿਆਹ, ਉਦੋਂ ਪਤਾ ਲੱਗਦਾ ਵੀ ਪੈਸੇ ਦੀ ਕੀਮਤ ਕੀ ਆ। ਤੂੰ ਤਾਂ ਕਮਲ ਮਾਰਿਆ ਯਾਰ। ਚੱਲ ਮੈਨੂੰ ਕਰ ਲੈਂਦੇ ਕੰਮ ਬਾਈ ਯਾਰ, ਤੂੰ ਆਪਦਾ ਜਾ ਬਠਿੰਡੇ। ਹੁਣ ਫਿਰ ਨਹੀਂ ਨਹੀਂ, ਆਪਣਾ ਤਾਂ ਬਾਈ ਜਵਾਬ ਆ, ਆਪਾਂ ਦਾ ਹਲੇ ਉਹ ਕੰਮ ਪਿਆ ਕਰਨ ਵਾਲਾ, ਪੱਠੇ ਵੱਢਣ ਵਾਲਾ। ਦੇਖ ਲਾ ਮੈਂ ਕਹਿ ਦਿੰਦਾ ਹੈਗਾ ਸੇਵ। ਨਹੀਂ 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 ਬਾਈ, ਆਪਣੀ ਨਹੀਂ ਭੁੱਗਣੀ ਤੇਰੇ ਨਾਲ। ਬਾਕੀ ਯਾਰ ਆਪਾਂ ਕਬੀਲਦਾਰ ਬੰਦੇ ਆ ਭਰਾਵਾ, ਤੁਸੀਂ ਉੱਥੇ ਕਰਨੀ ਆ ਖੜਮਸਤੀ, ਆਪਣਾ ਨਹੀਂ ਲੋਟ ਆਉਣਾ। ਗੱਡੀ ਤਾਂ ਦੇ ਦਿੰਦਾ ਮੈਨੂੰ। ਨਹੀਂ ਗੱਡੀ ਤਾਂ ਮੈਂ ਹਲੇ ਨਾ ਰਿਸ਼ਤੇਦਾਰੀ 'ਚ ਜਾ ਕੇ ਆਉਣਾ, ਬਸ ਅੱਧੇ ਕੁ ਘੰਟੇ ਨੂੰ ਇੱਥੋਂ ਨਹਾ ਨੂਹ ਕੇ ਮੈਂ ਜਾਊਂਗਾ। ਉਹ ਮੇਰੇ ਵਾਲੀ ਯਾਰ ਥੋੜ੍ਹੀ ਉਹ ਖਰਾਬ ਜਿਹੀ ਹੋਈ ਪਈ ਆ, ਅੱਜ ਨਾ ਸੈੱਟ ਕੇ ਸੈਲਫ ਜੀ ਜਾ ਖੜ ਨਾ ਜਾਵੇ ਉਹ। ਨਹੀਂ ਨਹੀਂ ਕਰਾ ਲਈ ਕੋਈ ਨਾ, ਤੂੰ ਤੇਰੇ ਲਿਆਜੀ ਥੋੜ੍ਹੇ ਆ ਯਾਰ, ਤੂੰ ਹੋਰ ਤੋਂ ਮੰਗ ਲਾ। ਮੈਂ ਤੂੰ ਹੋਰ ਕਿਸੇ ਤੋਂ ਮੰਗੂ ਤੇ ਮੁੜ ਕੇ ਫੇਰ ਚੰਗਾ ਚੱਕ ਤਾਂ ਦੂਜਿਆਂ ਨੇ ਕਿੱਥੋਂ ਦੇਣੀ ਆ, ਤਾਂ ਪੈਸੇ ਵੀ ਕਰ। ਚੱਲ ਠੀਕ ਆ ਫਿਰ, ਕੋਈ ਨਹੀਂ, ਚੰਗਾ ਬਰਾੜਾ, ਠੀਕ ਆ ਠੀਕ ਆ। ਇਹ ਤਾਂ ਨਹੀਂ ਸੂਤ ਆਉਂਦਾ ਕਹਿੰਦੇ, ਜਗਾੜ ਕੋਈ ਹੋਰ ਲਾਉਣਾ ਪੈਣਾ। ਚੱਲ ਕੋਈ ਨਹੀਂ, ਸਿਮਰੇ ਨੂੰ ਪੁੱਛਦੇ ਹਾਂ, ਉਹਨੂੰ ਪੜਦੇ ਹਾਂ, ਇਹ ਤਾਂ ਗਿਆ ਕੰਮ ਤੇ, ਤਾਂ ਕਬੀਲਦਾਰੀ 'ਚ ਪੈ ਗਿਆ ਹੁਣ ਯਾਰ। ਇਹਨਾਂ ਨੇ ਬੜਾ ਲਹੂ ਪੀਤਾ ਹੈ ਨਾ, ਇਹਨੇ ਨਜ਼ਾਰੇ ਵੀ ਆਪਣੇ ਨਾਲ ਹੀ ਲਏ ਆ, ਹੁਣ ਫਿਰਦਾ ਨਾ ਦਰ ਦਰ ਠੋਕਰਾਂ ਖਾਂਦਾ। ਮੈਨੂੰ ਲੱਗਦਾ ਆਪਾਂ ਤਾਂ ਹਲੇ ਚੱਲ ਵਧੀਆ ਰਹਿ ਗਏ, ਖੇਤੀ ਕਰਨ ਲੱਗ ਗਏ, ਇਹ ਮੈਨੂੰ ਲੱਗਦਾ ਸਾਰਾ ਕੁਛ ਹੀ ਚੱਕੂ ਫੱਟੇ। ਇਹ ਪਾਣੀ ਵਾਲੀ ਟੈਂਕੀ 'ਤੇ ਸਰੋਂ ਬੀਜਿਆ ਕਰੂਗਾ ਮੁੜ ਕੇ ਇਹੋ ਜਿਹਾ। ਹੁਣ ਫਿਰਦਾ ਨਾ ਕਦੇ ਕਿਸੇ ਕੋਲ ਜਾਂਦਾ, ਲੈ ਜਾ ਬਠਿੰਡੇ, ਲੈ ਜਾ ਕਿਤੇ ਚੰਡੀਗੜ੍ਹ। ਜਿੰਨੇ ਨਜ਼ਾਰੇ ਇਹਨੇ ਆਪਣੇ ਨਾਲ ਲਏ ਆ, ਉਹ ਨਹੀਂ ਇਹਨੂੰ ਮਿਲਣੇ। ਚੱਲ ਯਾਰ ਕਰੀਏ ਕੰਮ ਭਰਾਵਾ। ਸਤਿ ਸ਼੍ਰੀ ਅਕਾਲ ਜੀ, ਆਪਾਂ ਇੱਕ ਇਹ ਵੀਡੀਓ ਦੇ ਵਿੱਚ ਛੋਟਾ ਜਿਹਾ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਆ, ਅਤੇ ਬੜਾ ਮੈਸੇਜ ਇਹ ਸੀ ਆਪਣਾ ਨਾ ਵੀ ਕਿਸੇ ਦਾ ਪੱਕਾ ਦੇਖ ਕੇ ਆਪਦਾ ਕੱਚਾ ਨਾ ਢਾਓ ਬਾਈ, ਹੈ ਨਾ। ਕਿਉਂਕਿ ਇਹ ਦੁਨੀਆ ਦੋ ਆਪਾਂ ਕਹਿੰਦੇ ਹੁੰਦੇ ਵੀ ਦਾਤੀ ਦੇ ਇੱਕ ਪਾਸੇ ਦਿੰਦੇ ਆ, ਅਤੇ ਦੁਨੀਆ ਦੋਨੇ ਪਾਸੇ ਆ ਨਾ ਬਾਈ। ਜਦੋਂ ਬੰਦਾ ਕੋਈ ਕਾਮਯਾਬ ਨਹੀਂ ਹੁੰਦਾ ਨਾ, ਤਾਂ ਉਦੋਂ ਦੂਜੇ ਪਾਸੇ ਮਿਹਣਾ ਵੱਜਦਾ ਵੀ ਯਾਰ ਤੂੰ ਕੰਮ ਕਰ ਲਾ ਕੋਈ, ਹੈ ਨਾ, ਭੁੱਖਾ ਮਰੇਗਾ। ਪਰ ਜਦੋਂ ਬੰਦਾ ਕੋਈ ਕੰਮ ਕਰਕੇ ਅੱਗੇ ਉੱਠਦਾ ਨਾ, ਤਾਂ ਫਿਰ ਉਹਨੂੰ ਥੱਲੇ ਸਿੱਟਣ ਦੀਆਂ ਜਿਹੜੀਆਂ ਕੋਸ਼ਿਸ਼ਾਂ ਕਰਨ ਲੱਗ ਜਾਂਦੇ ਆ। ਬਾਈ ਆਪਦਾ ਟਾਈਮ ਹੁੰਦਾ, ਉਮਰ ਹੁੰਦੀ ਆ, ਕੰਮ ਕਰ ਲਓ ਬਾਈ, ਕੱਲੀਆਂ ਗੇੜੀਆਂ ਛੇੜੀਆਂ ਤਾਂ ਨਾ ਰਹੋ, ਹੈ ਨਾ। ਹੁਣ ਟਾਈਮ ਆ ਜਿਹੜਾ, ਹੈ ਨਾ, ਸੁਨਹਿਰੀ ਜਿਹੜਾ ਸਮਾਂ ਹੁੰਦਾ, ਤੇ ਆਪਦਾ ਬਾਈ ਜਦੋਂ ਵਿਆਹ ਸ਼ਾਦੀ ਕਰਾਉਣਾ ਉਦੋਂ ਆਪਦਾ ਸੈੱਟ ਹੋ ਜਾਂਦਾ ਬੰਦਾ। ਤੇ ਬਾਈ ਕਿਵੇਂ ਲੱਗੀ ਵੀਡੀਓ, ਹੈ ਨਾ, ਸ਼ੇਅਰ ਜ਼ਰੂਰ ਕਰਦੇ ਕਰੋ, ਇੱਕ ਛੋਟਾ ਜਿਹਾ ਸੁਨੇਹਾ ਸੀ। ਪਿੱਛੇ ਲੱਗ ਕੇ ਨਾ ਬਾਈ, ਹੈ ਨਾ, ਆਪਦਾ ਜਿਹੜਾ ਤੁਹਾਨੂੰ ਮਨ ਚੰਗਾ ਲੱਗਦਾ, ਆਪਦਾ ਖਰਚਾ ਘਟਾਓ। ਬਾਈ ਇੱਕ ਗੱਲ ਹੋਰ ਆ, ਜੋ ਤਾਂ ਆਪਦੇ ਲੈਵਲ ਦੇ ਨਾਲ ਯਾਰੀ ਰੱਖਿਆ ਕਰੋ ਬਾਈ। ਤਕੜੇ ਬੰਦੇ ਨਾਲ ਯਾਰੀ ਨਹੀਂ ਪੁੱਗਦੀ ਹੁੰਦੀ, ਕਿਉਂਕਿ ਸਹੀ ਹੈ ਨਾ ਗੱਲ ਬਾਈ, ਇਹ ਮਾੜਾ ਤਾਂ ਫਿਰ ਵੀ ਨਾਲ ਖੜ ਜਾਂਦਾ ਬਾਈ ਆਪਦੇ। ਤੇ ਠੀਕ ਆ ਦੋਸਤੋ, ਵੀਡੀਓ ਚੰਗੀ ਲੱਗੀ ਬਾਈ, ਸ਼ੇਅਰ ਜ਼ਰੂਰ ਕਰਿਓ ਨਾ, ਬਾਕੀ ਆਪਣੀ ਰਾਏ ਦਿਓ ਕਮੈਂਟ ਬਾਕਸ। ਧੰਨਵਾਦ, ਧੰਨਵਾਦ।